ਸਤਿ ਸ਼੍ਰੀ ਅਕਾਲ ਜੀ। ਅੱਜ ਤੁਹਾਨੂੰ ਦਿਖਾਉਂਦੇ ਹਾਂ ਜਿਹੜੀਆਂ ਹੈਂਡਮੇਡ ਚੂੜੀਆਂ ਹੁੰਦੀਆਂ ਉਹ ਕਿਵੇਂ ਬਣਦੀਆਂ ਨੇ। ਪੂਰੀ ਵੀਡੀਓ ਦੇਖੋ ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ। ਆਹ ਦੇਖੋ ਜੀ, ਹੁਣ ਇੱਕ ਜਿਹੜਾ ਇਹ ਚੂੜੀਆਂ ਬਣਾਉਣ ਵਾਲਾ ਆ, ਪਹਿਲਾਂ ਇਹਨੇ ਚੂੜੀਆਂ ਬਣਾਉਣ ਵਾਸਤੇ ਲਾਖ ਲਿੱਤੀ ਆ। ਲਾਖ ਦੀਆਂ ਲੰਬੀਆਂ ਲੰਬੀਆਂ ਲਾਈਨਾਂ ਜੀਆਂ ਬਣਾ ਲਈਆਂ ਨੇ ਅਤੇ ਦੇਖੋ ਤਿੰਨ ਰੰਗ ਦੀਆਂ ਨੇ, ਅਲੱਗ ਅਲੱਗ ਤਰ੍ਹਾਂ ਦੀਆਂ ਹੁੰਦੀਆਂ। ਇਹ ਰੰਗ ਇਹਨਾਂ ਨੂੰ ਇਹ ਪਾਉਂਦੇ ਨੇ ਵਿੱਚ, ਇਹ ਅਲੱਗ ਅਲੱਗ ਕਸਟਮਰ ਦੀ ਡਿਮਾਂਡ ਦੇ ਅਕੋਰਡਿੰਗ ਕਿੱਦਾਂ ਦੀ ਬਣਾਉਣੀ ਆ, ਕਸਟਮਰ ਦੇ ਡਿਜ਼ਾਈਨ ਦੱਸਦਾ ਆ, ਇਹ ਸੇਮ ਉੱਦਾਂ ਦੀ ਬਣਾ ਕੇ ਦੇ ਦਿੰਦੇ ਆ। ਦੇਖੋ ਇਹਨੇ ਹੁਣ ਥੋੜ੍ਹਾ ਥੋੜ੍ਹਾ ਗਰਮ ਨਾਲ ਨਾਲ ਕਰੀ ਜਾਂਦਾ, ਕਿਉਂਕਿ ਲਾਖ ਆ ਜਿਹੜੀ ਉਹ ਠੰਡੀ ਹੋ ਜਾਂਦੀ ਆ, ਜਿਵੇਂ ਜਿਵੇਂ ਇਹ ਮੌਸਮ ਦੇ ਹਿਸਾਬ ਨਾਲ ਹੁੰਦਾ ਆ ਵੀ ਠੰਡੀ ਹੋ ਜਾਂਦੀ ਆ, ਫਿਰ ਉਹ ਮਾੜਾ ਮਾੜਾ ਅੱਗ 'ਤੇ ਗਰਮ ਕਰ ਲੈਂਦੇ, ਜਿਵੇਂ ਮੂਹਰੇ ਭੱਠੀ ਲੱਗੀ ਹੋਈ ਆ। ਦੇਖੋ ਹੁਣ ਡਿਜ਼ਾਈਨ ਬਣਾ ਰਿਹਾ ਵਾ, ਡਿਜ਼ਾਈਨ ਵੀ ਕਸਟਮਰ ਦੇ ਅਕੋਰਡਿੰਗ ਹੁੰਦਾ, ਜਿੱਦਾਂ ਦਾ ਕਸਟਮਰ ਕਹਿੰਦਾ। ਕਲਰਫੁੱਲ ਚਾਹੀਦਾ ਕਲਰ, ਸਿੰਗਲ ਕਲਰ ਚਾਹੀਦਾ ਸਿੰਗਲ ਕਲਰ ਬਣਾ ਕੇ ਦੇ ਦਿੰਦੇ ਆ। 5-10 ਮਿੰਟ ਲੱਗਦੇ ਇੱਕ ਚੂੜੀ ਬਣਾਉਣ ਨੂੰ। ਅਤੇ ਦੇਖੋ ਹੁਣ ਬਹੁਤ ਸੋਹਣਾ ਡਿਜ਼ਾਈਨ ਬਣਾ ਰਿਹਾ ਵਾ, ਜਿਵੇਂ ਨਾ ਗੁੱਤ ਗੁੰਦ ਦੇ ਨਹੀਂ ਹੁੰਦੀ ਲੇਡੀਜ਼, ਉੱਦਾਂ ਦਾ ਡਿਜ਼ਾਈਨ ਬਣਾ ਰਿਹਾ ਵਾ। ਦੇਖੋ ਕਿੰਨਾ ਸੋਹਣਾ ਡਿਜ਼ਾਈਨ ਆ। ਅਤੇ ਦੇਖੋ ਨਾਲ ਨਾਲ ਇਹ ਗਰਮ ਕਰਨੀ ਪੈਂਦੀ ਆ, ਕਿਉਂਕਿ ਜਿਹੜੀ ਲਾਖ ਆ ਉਹ ਠੰਡੀ ਹੋਏ ਅਤੇ ਹਾਰਡ ਹੋ ਜਾਂਦੀ ਹੈ, ਗਰਮ ਹੁੰਦੀ ਹੋਈ ਇਹ। ਦੇਖੋ ਅਲੱਗ ਅਲੱਗ ਤਰ੍ਹਾਂ ਦੇ ਡਿਜ਼ਾਈਨ ਹੁੰਦੇ ਆ, ਬਣਾਈ ਜਾਂਦੇ ਆ। ਦੇਖੋ ਚੂੜੀ ਹੁਣ ਜਿਹੜੀ ਆ, ਕਹਾ ਇਹਨਾਂ ਦਾ ਯੰਤਰ ਜਿਹਾ ਹੁੰਦਾ ਵਾ, ਇਹ 'ਤੇ ਪਾ ਕੇ ਇਹਨੂੰ ਜੋੜ ਲਾ ਕੇ ਗੋਲ ਜੀ ਕਰ ਲੈਂਦੇ ਆ ਹੱਥ ਨਾਲ। ਇਹ ਜਿਵੇਂ ਜਿਵੇਂ ਮਲਦੇ ਆ ਠੰਡੀ ਹੋ ਜਾਂਦੀ ਆ। ਦੇਖੋ ਚੂੜੀ ਬਣ ਗਈ, ਇਹ ਥੋੜ੍ਹੀ ਗਰਮ ਆ ਹਲੇ, ਇਹਨੂੰ ਸ਼ੇਪ ਦੇਣ ਵਾਸਤੇ ਥੋੜ੍ਹਾ ਜਿਹਾ ਸਾਈਜ਼ 'ਤੇ ਸ਼ੇਪ ਦੇਣ ਵਾਸਤੇ ਥੋੜ੍ਹਾ ਜਿਹਾ ਗਰਮ ਕਰਕੇ ਉਹ ਜਿਹੜਾ ਆ ਫੱਟਾ ਜਿਹਾ ਵਾ ਇਹਦੇ 'ਤੇ ਰੱਖ ਕੇ ਇਹਨੂੰ ਪੱਧਰ ਜੀ ਕਰਨਗੇ। ਅਤੇ ਦੇਖੋ ਹੁਣ ਆ ਮਾਰੂਗਾ ਇਹਦੇ ਉੱਤੇ, ਅਤੇ ਐਨ ਇਹਨੂੰ ਸਾਈਜ਼ ਦੇ ਦੇਣਾ। ਦੇਖੋ ਐਨ ਸਾਈਜ਼ ਦੇ ਤਾ ਚੂੜੀ ਬਣ।